ਸਿਆਸਤ 'ਚ ਚੁੱਪ ਰਹਿਣ ਵਾਲੇ ਨਵਜੋਤ ਸਿੱਧੂ ਨੂੰ ਲੋਕ ਯਾਦ ਕਰ ਰਹੇ ਨੇ। ਸਿੱਧੂ ਦੇ ਮੁੜ ਪੋਸਟਰ ਲੱਗੇ ਨੇ। ਤਰਨ ਤਾਰਨ ਦੇ ਗੋਇੰਦਵਾਲ 'ਚ ਪੋਸਟਰ ਲੱਗਾ ਜਿਸ 'ਤੇ ਸਿੱਧੂ ਦੀ ਤਸਵੀਰ ਅਤੇ ਉਹ ਚੁੱਭਵੀਆਂ ਗੱਲਾਂ ਲਿਖੀਆਂ ਹੋਈਆਂ ਨੇ ਜੋ ਕੈਪਟਨ ਸਰਕਾਰ ਨੇ ਹਾਲੇ ਤੱਕ ਨਹੀਂ ਪੂਰੀਆਂ ਕੀਤੀਆਂ। ਗੱਲ ਇਕੱਲੇ ਹੋਰਡਿੰਗ ਬੋਰਡਾਂ ਦੀ ਨਹੀਂ ਆ। ਕੱਲ੍ਹ ਬਿਆਨ ਆਇਆ ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਵੀ ਕਾਂਗਰਸ ਦਾ ਉਹ ਹਾਲ ਹੋਊਗਾ ਪੰਜਾਬ ਦੇ ਵਿੱਚ ਜਿਹੜਾ ਦਿੱਲੀ ਦੇ ਵਿੱਚ ਹੋਇਆ। ਅਤੇ ਇਹਨਾਂ ਨੇ ਕਿਹਾ ਸੀ ਕਿ ਮਾਈਨਿੰਗ ਦੇ ਵਿੱਚ, ਮਾਈਨਿੰਗ ਵੀ ਅੱਜ ਵੀ ਉੱਦਾਂ ਹੀ ਚੱਲੀ ਜਾਂਦੀ ਹੈ। ਇਹਨਾਂ ਨੇ ਨਸ਼ੇ ਜਿਹੜੇ ਕਿਹਾ ਸੀ ਬੰਦ ਕਰਾਂਗੇ 4 ਹਫ਼ਤਿਆਂ 'ਚ, ਨਸ਼ੇ ਵੀ ਅੱਜ ਉੱਦਾਂ ਹੀ ਹੈ। ਕੇਵਲ ਮਾਫੀਆ ਦਾ ਉੱਦਾਂ ਹੀ ਜਿਹੜਾ ਅੱਜ ਰਾਜ ਚੱਲਣ ਡਿਆ। ਬੇਅਦਬੀ ਜਿਹੜੀ ਸਭ ਤੋਂ ਸਾਡੇ ਪੰਜਾਬ ਦੇ ਵਿੱਚ ਲੋਕਾਂ ਦੇ ਮਨਾਂ ਦੇ ਵਿੱਚ ਕਿੱਦਾਂ ਰੋਸ ਆਇਆ ਜਦੋਂ ਬੇਅਦਬੀਆਂ ਹੋਈਆਂ, ਕਿਵੇਂ ਸਾਡੇ ਜਿਹੜੇ ਯੋਧੇ ਉੱਥੇ ਸੰਘਰਸ਼ ਕਰ ਰਹੇ ਸੀ ਉਹਨਾਂ ਦੇ ਗੋਲੀਆਂ ਵੀ ਚਲਾਈਆਂ ਪੁਲਿਸ ਨੇ, ਪਰ ਅਜੇ ਤੱਕ ਕਾਂਗਰਸ ਸਰਕਾਰ ਨੇ ਕੋਈ ਇਨਸਾਫ਼ ਨਹੀਂ ਦਿੱਤਾ। ਇਹਨੇ ਕੋਈ ਪੰਜਾਬ ਦਾ ਜਿਹੜਾ ਮਸਲਾ ਉਹ ਨਹੀਂ ਹੱਲ ਕਰਨਾ। ਆਉਣ ਵਾਲੇ ਸਮੇਂ ਦੇ ਵਿੱਚ ਲੋਕ ਜਿਹੜਾ ਇਸ ਸਰਕਾਰ ਤੋਂ ਸਰਕਾਰ ਨੂੰ ਲਾਂਭੇ ਕਰਨ ਜਾ ਰਹੇ ਨੇ। ਕਾਂਗਰਸੀ ਵੇਖੋ, ਕਾਂਗਰਸੀ ਜਿਹੜੇ ਲੋਕ ਨੇ, ਜਿਹੜੇ ਥੱਲੇ ਵੋਟਰ ਨੇ, ਉਹਨਾਂ ਦੇ ਵਿੱਚ ਵੀ ਦਿਲ ਹੈ, ਉਹਨਾਂ ਦਾ ਵੀ ਪੰਜਾਬ ਸਾਂਝਾ ਹੈ ਨਾ। ਜਦੋਂ ਉਹਨਾਂ ਨੂੰ ਲੱਗਦਾ ਕਿ ਸਾਡੀ ਸਰਕਾਰ ਇਸ ਕੰਮ ਦੇ ਵਿੱਚੋਂ ਫੇਲ ਹੋ ਗਈ, ਤਾਂ ਉਹਨਾਂ ਦਾ ਆਵਾਜ਼ ਚੱਕਣਾ ਹਰੇਕ ਬੰਦੇ ਦਾ ਆਪਣਾ ਹੱਕ ਹੈ। ਇਹ ਤਾਂ ਹੁੰਦਾ ਨਹੀਂ ਕਿ ਤੁਸੀਂ ਪਾਰਟੀ ਦੇ ਵਿੱਚ ਹੋ, ਇਹ ਤਾਂ ਬਹੁਤ ਵਧੀਆ ਅਤੇ ਮੈਂ ਉਹਨਾਂ ਨੂੰ ਸੂਝਵਾਨ ਲੋਕ ਕਹਿੰਦਾ ਜਿਹੜੇ ਆਪਣੀ ਪਾਰਟੀ ਦੇ ਨਹੀਂ ਪਾਰਟੀ ਕੰਮ ਕਰ ਰਹੀ ਅਤੇ ਆਵਾਜ਼ ਚੁੱਕ ਰਹੇ ਨੇ। ਮੈਂ ਉਹਨਾਂ ਦਾ ਧੰਨਵਾਦ ਵੀ ਕਰਦਾ ਇਸ ਮਸਲੇ ਦੇ ਕਿ ਤੁਸੀਂ ਸੱਚ ਦੀ ਆਵਾਜ਼ ਬੁਲੰਦ ਕਰ ਰਹੇ ਹੋ ਚਾਹੇ ਕਿੱਥੇ ਵੀ ਹੋ। ਅਕਾਲੀ ਦਲ ਵੀ ਇਸ ਮਾਮਲੇ 'ਤੇ ਤੰਜ ਕਸ ਰਿਹਾ, ਪਰ ਚਲੋ 6 ਮਹੀਨੇ ਤਾਂ ਵੈਸੇ ਮਹਿਮਾਨ ਨਵਾਜ਼ੀ ਦੇ ਵਿੱਚ ਜਿਸ ਤਰ੍ਹਾਂ ਲੰਘ ਜਾਂਦਾ, ਪਿਛਲੇ 2.5-3 ਸਾਲ ਦੇ ਵਿੱਚ ਇੱਕ ਵੀ ਐਸਾ ਕਿਹਾ ਨਹੀਂ ਜਾ ਸਕਦਾ ਇਹਨਾਂ ਕੰਮ ਕੀਤਾ ਹੋਵੇ। ਅਸੀਂ ਨਹੀਂ ਕਹਿੰਦੇ ਇਹਨਾਂ ਦੇ ਸਾਰੇ ਮੰਤਰੀ, ਇਹਨਾਂ ਦੇ ਜਿਹੜੇ MLA ਸਾਹਿਬਾਨ ਕਹਿ ਰਹੇ ਆ, ਅਤੇ ਕੱਲ੍ਹ ਇੱਕ ਇਹਨਾਂ ਦੇ ਜਿਹੜੇ ਵਿਧਾਇਕ ਸਰਦਾਰ ਪ੍ਰਗਟ ਸਿੰਘ, ਉਹਨਾਂ ਨੇ ਸਵਾਲ ਕੀਤੇ ਆ। ਅਤੇ ਮੈਂ ਸਮਝਦਾ ਇਹ ਸਰਕਾਰ ਜਿਹੜੀ ਆ ਹਰੇਕ ਫਰੰਟ 'ਤੇ ਫੇਲ ਹੋ ਚੁੱਕੀ ਹੈ। ਇੱਕ ਵੀ ਇਹਨੇ ਪੰਜਾਬ ਦੇ ਲੋਕਾਂ ਨਾਲ ਕੀਤਾ ਹੋਇਆ ਵਾਅਦਾ ਨਹੀਂ ਪੂਰਾ ਕੀਤਾ, ਅਤੇ ਆਉਣ ਵਾਲੇ ਸਮੇਂ ਦੇ ਵਿੱਚ ਇਹ ਸਰਕਾਰ ਨੂੰ ਪੰਜਾਬ ਦੇ ਜਿਹੜੇ ਲੋਕ ਹੈ ਮਾਫ਼ ਨਹੀਂ ਕਰਨਗੇ। ਸਾਰੇ ਹੀ ਕਾਂਗਰਸੀ ਬਹੁਤ ਦੁਖੀ ਹੈ, ਪਰ ਮਜਬੂਰੀ ਹੈ, ਇਹਨਾਂ ਦੀ ਨਾਲ ਤੁਰੇ ਫਿਰਦੇ ਚੱਲਦੇ ਪਏ ਆ। ਅਤੇ ਅੱਜ ਸ਼ਰੇਆਮ ਦੇਖੋ ਬੋਰਡ ਆ ਗੋਇੰਦਵਾਲ ਸਾਹਿਬ ਦੇ ਇਲਾਕੇ ਦੇ ਵਿੱਚ ਬੋਰਡ ਲੱਗ ਗਏ ਇਹਨਾਂ ਦੇ, ਜਿਹੜੇ ਕਿ ਆਪਣੇ ਆਪ ਨੂੰ ਟਕਸਾਲੀ ਕਾਂਗਰਸੀ ਕਹਿੰਦੇ ਆ, ਉਹਨਾਂ ਨੇ ਸਵਾਲ ਉਠਾਏ ਆ ਵੀ ਅਸੀਂ ਲੋਕਾਂ ਕੋਲ ਜਾ ਕੇ ਕੀ ਕਹੀਏ, ਤੁਸੀਂ ਬੜੇ ਵਾਅਦੇ ਕੀਤੇ ਸੀ ਚੋਣ ਮੈਨੀਫੈਸਟੋ ਦੇ ਵਿੱਚ, ਅਤੇ ਦੱਸੋ ਕੋਈ ਵਾਅਦਾ ਪੂਰਾ ਕੀਤਾ? ਅਸੀਂ ਲੋਕਾਂ ਨੂੰ ਦੱਸੀਏ ਤਾਂ ਕੀ ਦੱਸੀਏ ਜਾ ਕੇ? ਮੈਂ ਸਮਝਦਾ ਹਰੇਕ ਸਰਕਾਰ ਹਰੇਕ ਫਰੰਟ 'ਤੇ ਫੇਲ ਹੋ ਚੁੱਕੀ ਹੈ। ਨੌਜਵਾਨਾਂ ਨਾਲ ਵਾਅਦਾ ਕੀਤਾ ਤੁਹਾਨੂੰ ਮੋਬਾਈਲ ਦੇਵਾਂਗੇ, 2500 ਰੁਪਈਆ ਤੁਹਾਨੂੰ ਦੇਵਾਂਗੇ ਆਪਣੇ, ਉਸ ਤੋਂ ਬਾਅਦ ਕਿਸਾਨਾਂ ਨਾਲ ਵਾਅਦਾ ਕੀਤਾ, ਮਜ਼ਦੂਰਾਂ ਨਾਲ ਵਾਅਦਾ ਕੀਤਾ, ਦਲਿਤ ਵੀਰਾਂ ਨਾਲ ਵਾਅਦਾ ਕੀਤਾ, ਹਰੇਕ ਹੀ ਲੋਕਾਂ ਨਾਲ ਵਾਅਦਾ ਕੀਤਾ, ਪਰ ਇੱਕ ਵੀ ਵਾਅਦਾ ਪੂਰਾ ਨਹੀਂ ਕੀਤਾ ਇਹਨਾਂ ਲੋਕਾਂ ਨੇ। ਵਾਅਦਾ ਖਿਲਾਫੀ ਦੀ ਗੱਲ ਜਿੱਥੇ ਲੋਕ ਕਰ ਰਹੇ ਨੇ, ਉੱਥੇ ਕੈਪਟਨ ਦੇ ਆਪਣੇ ਵਿਧਾਇਕ ਤੇ MP ਹੀ ਇਸ ਗੱਲ ਤੇ ਜ਼ੋਰ ਦੇ ਰਹੇ ਨੇ। ਬਿਊਰੋ ਰਿਪੋਰਟ, ਪੰਜਾਬੀ TV।